ਇਹ ਸਾਡੇ ਘਰ ਇਹ ਚੀਜ਼ ਆ ਵੀ ਦਿਨੇ ਦਿਨੇ ਤਾਂ ਸਾਡੀ ਬੇਬੇ ਬੋਲਦੀ ਆ, ਰਾਤ ਨੂੰ ਆਪ ਬੋਲਦਾ, ਰਾਤ ਨੂੰ ਬੇਬੇ ਛਾਏ ਹੋ ਜਾਂਦੀ ਜੋ ਉਹ ਵੀ ਪੀਤੀ ਹੈਗੀ ਪੈ ਜੋ ਆਰਾਮ ਨਾਲ ਸਵੇਰੇ ਕਰੂੰ ਗੱਲ। ਹਾਂਜੀ ਦੋਸਤੋ, ਕਿੱਦਾਂ ਠੀਕ ਹੋ? ਹੈਲੋ ਨਰ ਜੀ, ਸੁਸਤੀ ਪੈ ਗਈ, ਸੁਸਤੀ ਪੈ ਗਈ। ਮੈਂ ਅੱਗੇ ਵੀ ਕਹਿੰਦਾ ਹੁਣ ਦੁਨੀਆਂ ਚੰਦ ਤਾਰਿਆਂ ਦੇ ਪਹੁੰਚ ਗਏ, ਆਧਾਰ ਕਾਰਡ ਵਾਲੀ ਲੈਣੀ ਤੁਰੇ ਫਿਰਦੇ, ਅੱਜ ਫੇਰ ਲੱਗਣਾ ਲੈਣ ਚੱਲਦਾ ਆਧਾਰ ਕਾਰਡ ਵਾਲੀ ਚ, ਠੀਕ ਹੈ ਨਾ? ਹੈਂ, ਕੋਈ ਕੰਮ ਨਹੀਂ ਖਤਮ ਹੁੰਦਾ। ਇੱਕ ਤੀਸਰੀ ਵਾਰ ਮਨਪ੍ਰੀਤ ਦਾ ਆਧਾਰ ਕਾਰਡ ਰਿਜੈਕਟ ਕਰਤਾ ਉਹਨਾਂ ਨੇ, ਅੱਜ ਫੇਰ ਲੈਣ ਚ ਲਾਉਣੀ ਲਈ ਆ ਕੇ ਉਹਨੂੰ ਮਿਲਾਉਣੇ, ਉੱਤੇ ਨੂੰ ਖੜਾਉਣੇ ਲੈਣ ਚ ਜਾ ਕੇ, ਠੀਕ ਆ? ਕੰਮ ਕੁਛ ਵੀ ਨਹੀਂ ਗਾ, ਬਸ ਸਰ ਨੇ ਵੀ ਮਗਰ ਲੱਗਣਾ। ਹਸਬੈਂਡ ਦੇ ਨਾਮ ਕੱਲਾ ਜਸਵੀਰ ਸਿੰਘ ਆ ਰਿਹਾ, ਜਸਵੀਰ ਸਿੰਘ ਸਿੱਧੂ ਹੀ ਕਰਨਾ, ਉਹੀ ਹੋਣ ਚ ਨਹੀਂ ਆਉਂਦਾ। ਲੈ ਔਖਾ ਹੀ ਆ ਗੁੱਡੀ, ਤੇਰੇ ਮਗਰ ਮੇਰੇ ਹਿਸਾਬ ਨਾਲ ਤੇਰੇ ਮੁਕੱਦਰਾਂ ਜੀ ਫਰਕ ਆ ਗੁੱਡੀ। ਹੈਂ, ਸਹੀ ਆ, ਗਰਮੀ ਆ ਗਈ ਜ਼ਿਆਦੇ, ਠੀਕ ਆ? ਤੇ ਅੱਜ ਹੈਗਾ ਜੀ ਟੂਰਨਾਮੈਂਟ ਪਿੰਡ ਆਪਣੇ, ਤੇ ਪਹਿਲਾ ਦਿਨ ਆ, ਤੇ ਕੱਲ ਨੂੰ ਹੈਗਾ ਫਾਈਨਲ ਵਿਸਾਖੀ ਵਾਲਾ ਦਿਨ, ਤੇ ਵਿਸਾਖੀ ਵਾਲਾ ਵਲੋਗ ਸਪੈਸ਼ਲ ਤੁਹਾਡੇ ਲਈ ਆਊਗਾ, ਅਗਲਾ ਵਲੋਗ ਜਿਹੜਾ ਪਾਵਾਂਗੇ ਵਿਸਾਖੀ ਵਾਲਾ ਆਊਗਾ, ਠੀਕ ਆ? ਸੋ ਨਿੱਕੇ ਮੋਟੇ ਕੰਮ ਕਰ ਲਈਏ, ਤੇ ਫਿਰ ਮਨਪ੍ਰੀਤ ਨੂੰ ਲਾਉਣੇ ਆਧਾਰ ਕਾਰਡ ਵਾਲੇ ਲੈਣ ਚ। ਆਧਾਰ ਕਾਰਡ ਕੇ ਸੁਧਾਰ ਕਾਰਡ, ਇਹਦਾ ਸੁਧਾਰ ਕਾਰਡ, ਇਹਦਾ ਸੁਧਾਰ ਹੁੰਦਾ ਹੀ ਨਹੀਂ, ਰੋਜ਼ ਕਹਿੰਦੇ ਸੁਧਾਰ ਹੋ ਜੇ ਸੁਧਾਰ ਹੋ ਜੇ, ਸੁਧਾਰ ਕਾਰਡ ਰੱਖਣਾ ਚਾਹੀਦਾ, ਸਹੀ ਮੈਨੂੰ ਆਧਾਰ ਕਾਰਡ ਰੱਖਣਾ ਚਾਹੀਦਾ। ਚੱਲ ਗਏ, ਚਲੋ ਸੱਚ ਮੈਂ ਪਾਣੀ ਭੁੱਲ ਗਈ ਯਾਰ। ਚੰਗਾ ਹੀ ਹੋਇਆ, ਪਾਣੀ ਪਾਣੀ ਕਰੀ ਹੈਗਾ ਸਹੀ ਜਿਹੜੀ। ਵਾਹ ਫਿਰ ਅੱਜ ਤਾਂ ਔਖਾ ਦੇ ਨਾ, ਸਹੀ ਗੱਲ, ਬਹੁਤ ਔਖਾ। ਚਲੋ ਚੰਗੀ, ਲਓ ਜੀ ਮਟਕੇ ਦਿਸ ਗਏ ਆ ਹੁਣ ਮਨਪ੍ਰੀਤ ਨੂੰ ਲੈ ਕੇ ਚੱਲ। ਮਟਕੀਆਂ ਵਾਲੀਆਂ ਬੋਤਲਾਂ ਵੀ ਉਹ ਦੇਖੋ ਨੀਚੇ ਬਣੀਆਂ ਹੋਈਆਂ, ਕਿੰਨੀਆਂ ਸੋਹਣੀਆਂ ਲੱਗਦੀਆਂ ਹਨ। ਹੁਣ ਪੰਜਾਬ ਪੁਰਾਣੇ ਟਾਈਮ ਨੂੰ ਚੱਲਣਾ ਪੈਣਾ ਫੇਰ, ਮੇਰੇ ਸਾਨੂੰ ਪਲਾਸਟਿਕ ਦੀ ਆ ਚੌਰਸ ਜਿਹੜੀ ਹੈਗੀ, ਕਿ ਨਹੀਂ ਨਹੀਂ ਮਟਕੇ ਵਾਲੀਆਂ ਦੂਸੀਆਂ, ਉਹਦੇ ਫਲਾਵਰ ਬਣੇ ਹੋਏ ਉੱਤੇ। ਚੱਲ ਕੇ ਦੇਖਦੇ, ਚੱਲ ਗਏ। ਲਓ ਵੀ ਆ ਗਏ ਮਟਕੇ, ਕਿੰਨੇ ਘੈਂਟ ਆ ਬਈ, ਅੱਡ ਤੇ ਡਿੱਗਿਆ ਪਿਆ। ਲਓ ਭੈਣ ਨੇ ਸਾਨੂੰ ਪਛਾਣ ਲਿਆ। ਹਾਂਜੀ, ਅਸੀਂ ਜਦੋਂ ਵੀ ਸਮਾਨ ਲੈਣੇ ਤੁਹਾਥੋਂ ਲੈ ਕੇ ਜਾਂਦੇ ਹਾਂ, ਅਸੀਂ ਇਸ ਭੈਣ ਤੋਂ ਭਾਂਡੇ ਲੈ ਕੇ ਜਾਂਦੇ ਹੁਣੇ, ਮਿੱਟੀ ਵਾਲੇ। ਦੀਵਾਲੀ ਵੇਲੇ ਅਸੀਂ ਇਸ ਟਾਈਮ ਹੈਗੇ ਪ੍ਰਤਾਪ ਰੋਡ ਦੇ ਉੱਤੇ, ਹੈ ਨਾ, ਮੋਗੇ ਦੇ ਪ੍ਰਤਾਪ ਰੋਡ 'ਤੇ ਹਾਂ ਅਸੀਂ। ਦੇਖੋ ਕਿੰਨੇ ਘੈਂਟ ਮਟਕੇ ਨੇ, ਆ ਜੋ ਪੰਜਾਬੀ ਕਲਚਰ ਦਿਖਾਇਆ ਹੋਇਆ ਇਹਦੇ ਵਿੱਚ, ਕਿੰਨਾ ਘੈਂਟ ਲੱਗਦਾ। ਪਾਣੀ ਠੰਡਾ ਹੋਣਾ ਚਾਹੀਦਾ, ਕੋਈ ਸਸਤਾ ਜਿਹਾ ਵਾਲਾ ਦੇ ਦਿਓ ਸਾਨੂੰ। ਅਸੀਂ ਹਮੇਸ਼ਾ ਤੁਹਾਡੇ ਕੋਲ ਆਉਣੇ, ਤੁਹਾਨੂੰ ਪਤਾ ਨਾ। ਅੱਛਾ, ਕੀ ਨਹੀਂ ਆ, ਵਰਤ ਨੀ ਲੈ ਜਾਂਦਾ, ਮਿੱਟੀ ਵਾਲੀ ਚੱਕੀ ਹੀ ਲੈ ਜਾਂਦੇ। ਕਮਾਲ ਆ, ਦੁਨੀਆਂ ਦਾ ਸਰੇ ਪਿਆ, ਹੈਨਾ। ਦੱਸੋ ਵੀ ਆਹ ਬਰਤਨ ਵੀ ਸੇਫ ਨਹੀਂ ਗੇ, ਇਹ ਵੀ ਲੈ ਜਾਂਦੇ ਚੱਕ ਕੇ ਰੋਡ ਤੋਂ।
ਦੱਸੋ ਵੀ ਕਿਹੜਾ ਵਧੀਆ ਲੱਗਦਾ, ਕਿਹੜਾ ਵਧੀਆ ਲੱਗਿਆ ਤੈਨੂੰ? ਜਿਹੜਾ ਆਹ ਵਾਲਾ ਨੀਚੇ ਵਾਲਾ ਜੀ, ਇਹ ਹੈਗਾ ਥੋੜ੍ਹਾ ਜਿਹਾ ਵੱਡਾ ਜ਼ਿਆਦੇ, ਇਹਦੇ 'ਚ ਪਾਣੀ ਫਿਰ ਵੇਹ ਹੋ ਜਾਇਆ ਕਰਨਾ ਆਪਣਾ ਇਸੇ। ਨਹੀਂ ਮਿੱਟੀ ਦੇ ਭਾਂਡੇ ਤਾਂ ਅਸੀਂ ਤਾਂ ਆ ਗਏ ਵਾਪਸ ਨੂੰ ਫੇਰ। ਭੈਣੇ ਗਰੰਟੀ ਕਿੰਨੇ ਸਾਲਾਂ ਦੀ ਇਹਦੀ? ਲਓ ਜੀ ਇੱਥੇ ਭੈਣ ਕੋਲ ਜ਼ਰੂਰ ਪਹੁੰਚੇ, ਉਹ ਭੈਣ ਗਰੰਟੀ ਵੀ ਦਿੰਦੀ 6 ਮਹੀਨੇ ਦੀ ਤੌਲਾ ਟੁੱਟਣ ਦੀ। ਭਲਾ ਥੋੜ੍ਹੇ ਮਾਰੀ ਚੱਲਿਓ ਇਸ ਪ੍ਰਤਾਪ ਰੋਡ ਦੇ ਉੱਤੇ ਆ ਕੇ ਤੁਸੀਂ ਭੈਣ ਕੋਲੋਂ ਲਿਓ ਕਮਾਂਡੇ, ਠੀਕ ਆ? ਅਤੇ ਭਲਾ ਥੋੜ੍ਹੇ ਮਾਰੀ ਚੱਲੋ, ਕੁਝ ਟੁੱਟੂਗਾ ਨਹੀਂ, ਠੀਕ ਆ ਭੈਣੇ? ਲਓ ਵੀ ਦੋਸਤੋ, ਹੁਣ ਆਪਾਂ ਖਰੀਦਣੇ ਆ ਬਾਂਸ, ਅਤੇ ਆਏ ਹਾਂ ਬਾਂਸਾਂ ਦੀ ਦੁਕਾਨ 'ਤੇ, ਜਿਹੜੀਆਂ ਆਪਣੀਆਂ ਘਰ ਵੇਲਾਂ ਲੱਗੀਆਂ ਹੋਈਆਂ ਨੇ ਉਹਨਾਂ ਵਾਸਤੇ ਆਪਾਂ ਬਣਾਉਣਾ ਸਿਕੰਜਾ, ਗੋਲ ਗੋਲ ਚੌਰਸ ਸਿਕੰਜਾ ਬਣਾਉਣਾ ਉਹਨਾਂ ਚੜ੍ਹਨ ਵਾਸਤੇ, ਹੈ ਨਾ? ਫਾਟਕਾਂ ਦੇ ਉੱਤੇ ਅੱਧਾ ਘੰਟਾ ਖੜ੍ਹ ਤੋਂ ਬਾਅਦ ਆ ਗਈ ਆ ਰੇਲ ਗੱਡੀ, ਅਤੇ ਪ੍ਰੀਤੋ ਦੇ ਪੈ ਸੰਘ ਸੁੱਕਿਆ ਭੁੱਖ ਦੇ ਨਾਲ, ਅੱਜ ਤਾਂ ਹੋਇਆ ਵਾ ਬੁਰਾ ਹਾਲ। ਅੱਜ ਤਾਂ ਰੇਲ ਥੱਲੇ ਉਹਨੂੰ ਜੀ ਕਰਦਾ, ਕਹਿੰਦੀ ਮੇਰਾ ਖੁੱਲ ਜੋ ਭਰਾਵੋ, ਖੁੱਲ ਜੋ, ਖੁੱਲ ਜੋ। ਆਧਾਰ ਕਾਰਡ ਦਾ ਤਾਂ ਕੰਮ ਗਿਆ ਹੋ ਮਨਪ੍ਰੀਤ ਦਾ, ਉਹ ਕਹਿੰਦੇ ਗਰੰਟੀ ਕੋਈ ਨਹੀਂ। ਜਹਾਜ਼ ਦੇ ਪੱਖੇ ਵੀ ਖੜ੍ਹ ਗਏ ਆ, ਹਲਕੇ ਹਲਕੇ ਘੁੰਮਦੇ ਆ, ਜਹਾਜ਼ ਵੀ ਆਪਣਾ ਐਂ ਲੈਂਡ ਹੋ ਗਿਆ। ਨਹੀਂ ਪੂਰੇ ਫੁੱਲ ਚੱਲ ਰਹੇ ਆ। ਅੱਛਾ ਪੂਰੇ ਚੱਲ ਰਹੇ, ਵੀਡੀਓ 'ਚ ਘੱਟ ਆ ਰਹੇ ਆ, ਠੀਕ ਆ। ਪੱਖੇ ਦਾ ਕੀੜਾ ਹੀ ਬੜਾ ਮਲਾਈ ਜਾਂਦੇ ਇਹ। ਹੁਣ ਖੜਾ, ਹੁਣ ਚੱਲ ਪਏ ਫਿਰ, ਫਿਰ ਹੌਲੀ ਹੋ ਗਏ ਪੱਖੇ ਤੇਜ਼ ਆ। ਚਾਹੇ ਲੜਾਕੂ ਜਹਾਜ਼ ਆ, ਵੀ ਲੜਾਕੂ ਸਾਡਾ ਬੰਦਾ ਵੀ ਨਾਲ ਬੈਠਾ, ਇਹ ਲੜਾਕੂ ਚੀਜ਼ਾਂ ਹੀ ਰੱਖੀ ਦੀਆਂ ਕੋਲੇ, ਫਿਰ ਆਈ ਆ ਕਦੇ ਮੁਕਾਬਲਾ ਕਰਨਾ ਪੈ ਸਕਦਾ, ਪ੍ਰੀਤੋਂ ਨਾਲ ਲੜਾਈ ਵੀ ਹੋ ਸਕਦੀ ਆ, ਫਿਰ ਮੈਂ ਲੜਾਕਾ ਜਹਾਜ਼ ਗੱਡੀ 'ਚ ਹੀ ਰੱਖ ਲਿਆ, ਵੀ ਕਦੋਂ ਕਦੋਂ ਅਸਮਾਨੀ ਹਮਲਾ ਕਰਨਾ ਪੈ ਜਾਵੇ। ਲਓ ਜੀ, ਫਾਟਕ ਖੁੱਲ੍ਹਣ ਤੋਂ ਬਾਅਦ ਅਸੀਂ ਪਹੁੰਚ ਗਏ ਆਪਦੇ ਕਾਰੀਗਰਾਂ ਕੋਲੇ। ਇਹ ਸਾਡੇ ਕਾਰੀਗਰ ਨੇ, ਜਿੰਨਾ ਆਪਣਾ ਹੈਂਡਵਰਕ ਦਾ ਕੰਮ ਮਨਪ੍ਰੀਤ ਦਾ ਕਰਦੇ ਨੇ ਸਾਰਾ, ਇਹ ਆਪਣੇ ਕਾਰੀਗਰ ਨੇ। ਇਹ ਆਪਣੇ ਇੱਕੋ ਜਿਹੇ ਸੂਟ ਸਾਰੇ ਰੈਡੀ ਹੋਈ ਜਾਂਦੇ ਆ, ਅਤੇ ਇੱਕ ਇੱਧਰ ਲੱਗਾ ਹੋਇਆ, ਇੱਕ ਇੱਧਰਲੇ ਅੱਡੇ 'ਤੇ ਲੱਗਾ ਹੋਇਆ, ਅਤੇ ਇੱਕ ਇੱਥੇ ਮਨਪ੍ਰੀਤ ਦੇ ਹੱਥ 'ਚ ਫੜਿਆ ਹੋਇਆ। ਬਹੁਤ ਜ਼ਿਆਦਾ ਮਿਹਨਤ ਦਾ ਕੰਮ ਆ, ਬਹੁਤ ਜ਼ਿਆਦਾ ਲੰਬਾ ਟਾਈਮ ਲੱਗਦਾ ਇਸ ਚੀਜ਼ ਨੂੰ ਕਰਨ ਵਾਸਤੇ। ਅਤੇ ਇੱਕ ਤੁਸੀਂ ਆਹ ਸੂਟ ਦੇਖ ਸਕਦੇ ਹੋ, ਇਹ ਰੈਡੀ ਹੋ ਗਿਆ, ਕਿਉਂਕਿ ਜਿੰਨੇ ਕਾਰੀਗਰ ਆਪਣੇ ਸ਼ਹਿਰ ਦੇ ਵਿੱਚ ਹੀ ਬਿਠਾਏ ਹੋਏ ਆ, ਕਿਉਂਕਿ ਪਿੰਡ ਦੇ ਵਿੱਚ ਤੁਹਾਨੂੰ ਪਤਾ ਕਿ ਆਹ ਪਿੰਡ ਤੋਂ ਬਿਲੋਂਗ ਕਰਦੇ, ਪਿੰਡ ਦੇ ਵਿੱਚ ਫਿਰ ਨਿੱਕੀ ਮੋਟੀ ਚੀਜ਼ 100 ਉਹਨੂੰ ਲੈਣੀ ਪੈਂਦੀ ਆ, ਅਤੇ ਇਸੇ ਕਰਕੇ ਆਪ ਨੂੰ ਵੀ ਔਖਾ ਲੱਗਦਾ ਇੰਨਾ ਸਮਾਨ ਲਿਆ ਕੇ ਦੇਣਾ। ਇਸੇ ਕਰਕੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਜਗ੍ਹਾ ਲੱਗੀ ਦਿੱਤੀ ਹੋਈ ਆ, ਜਿਹੜੇ ਆਪਣੇ ਸਾਰੇ ਹੈਂਡਵਰਕ ਦਾ ਕੰਮ ਕਾਰੀਗਰ ਕਰਦੇ ਨੇ, 15 ਕਾਰੀਗਰ ਨੇ ਆਪਣੇ। ਅਤੇ ਇੱਕ ਆਹ ਡਿਜ਼ਾਇਨ ਤੁਸੀਂ ਦੇਖ ਸਕਦੇ ਹੋ, ਇਹ ਵੀ ਨਵਾਂ ਹੀ ਆ, ਇਹ ਹਜੇ ਆਪਣੀ ਬੁਟੀਕ 'ਤੇ ਨਵਾਂ ਹੀ ਆਪਾਂ ਰੈਡੀ ਕੀਤਾ, ਠੀਕ ਆ। ਇਹ ਹੁਣ ਜਲਦੀ ਵੀਡੀਓ ਵਿੱਚ ਤੁਹਾਨੂੰ ਲੈ ਕੇ ਆਵਾਂਗੇ, ਇਹ ਵੀ ਤੁਹਾਨੂੰ ਦਿਖਾਉਣੇ ਆ। ਸੋ ਸਾਰਿਆਂ ਨੂੰ ਸਮਝਾਉਣਾ ਪੈਂਦਾ ਕਾਰੀਗਰ ਨੂੰ ਕਿਹੜੇ 'ਤੇ ਕਿਹੜਾ ਕਲਰ ਅਤੇ ਕਿਹੜਾ ਵਰਕ ਕਰਨਾ। ਅਤੇ ਇਹ ਸਾਡੇ ਜਿਹੜੇ ਵਰਕਰ ਨੇ ਉਹਨਾਂ ਦਾ ਬੇਟਾ, ਜਿਹਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ, ਅਤੇ ਬਹੁਤ ਹੀ ਕਿਊਟ ਬੱਚਾ ਇਹ, ਬਹੁਤ ਮੋਹ ਕਰਦਾ ਮੇਰਾ। ਜਦੋਂ ਇਹ ਘਰ ਦੇ ਦੱਸਦੇ ਆ, ਕਹਿੰਦੇ ਜਦੋਂ ਰੋਂਦਾ ਹੁੰਦਾ ਤੁਹਾਡੀਆਂ ਵੀਡੀਓ ਲਾ ਕੇ ਦੇ ਦਿੰਦੇ ਨੇ ਇਸ ਬੱਚੇ ਨੂੰ, ਅਤੇ ਫਿਰ ਚੁੱਪ ਹੋ ਜਾਂਦਾ। ਅਤੇ ਮੈਂ ਇਹਦੇ ਨਾਲ ਕਈ ਵਾਰੀ ਧੱਕਾ ਵਾਲਾ ਕਰਦਾ, ਮਿੱਠੀ ਮੁੱਠੀ ਵਾਲੀ ਕਰ ਲੈਂਦਾ, ਅਤੇ ਅੱਕ ਜਾਂਦਾ ਮੇਰੇ ਤੋਂ, ਕਈ ਵਾਰੀ ਦੁਖੀ ਹੋ ਜਾਂਦਾ। ਅਤੇ ਉਦੋਂ ਬਾਅਦ ਭੁੱਖ ਲੱਗੀ ਸੀ ਜ਼ਿਆਦੇ, ਅਤੇ ਉਹਨਾਂ ਦੇ ਚੱਲਦੇ ਸੀਗੇ ਰੋਜ਼ੇ ਰੱਖੇ ਸੀਗੇ, ਰੋਜ਼ਿਆਂ ਤੋਂ ਬਾਅਦ
ਉਹ ਇਹ ਸੇਵੀਆਂ ਬਣਾਉਂਦੇ ਹੁੰਦੇ ਨੇ ਅਤੇ ਭੁੱਖ ਸਾਨੂੰ ਬਹੁਤ ਲੱਗੀ ਸੀ, ਮਨਪ੍ਰੀਤ ਦਾ ਬੁਰਾ ਹਾਲ ਸੀਗਾ ਅਤੇ ਤੁਹਾਨੂੰ ਸੇਵੀਆਂ ਤੁਸੀਂ ਦੇਖੋ ਇੰਨੀਆਂ ਘੈਂਟ ਜ਼ਿੰਦਗੀ 'ਚ ਪਹਿਲੀ ਵਾਰ ਖਾਧੀਆਂ, ਵਿੱਚ ਖੋਪਾ ਬਦਾਮ ਗਿਰੀਆਂ ਸੁੱਕੀਆਂ ਜਿਹੀਆਂ ਸੇਵੀਆਂ ਬਣੀਆਂ, ਬਹੁਤ ਜ਼ਿਆਦਾ ਬਰੀਕ ਸੀਗੀਆਂ ਅਤੇ ਦੇਖੋ ਤੁਸੀਂ ਭੁੱਖ ਬਹੁਤ ਜ਼ਿਆਦਾ ਲੱਗੀ, ਖੋਪਾ ਹੀ ਖੋਪਾ ਸੀਗਾ ਸਾਰਾ। ਐ ਸ਼ੁਰੂ ਵਾਲੇ ਵਿਚਾਰੇ ਇੱਟਾਂ ਇੱਟਾਂ ਰੱਖਤੀਆਂ ਤਾਂ ਉਦੋਂ ਚੱਕ ਸਿੱਟੀ ਜਾਂਦੇ, ਕਿੰਨਾ ਉਹਨਾਂ ਨੂੰ ਫਿਕਰ ਆ ਦੇਖੋ। ਉਹ ਸਿਰ ਚ ਵੱਜੂਗੀ, ਕੋਈ ਨੀ ਪਈਆਂ ਰਹਿਣ ਦੋ। ਦੱਸ ਜਵਾਕਾਂ ਦੀ ਜਵਾਕਾਂ ਦਾ ਕੰਮ ਛੁੱਟੀਆਂ ਫੇਰ ਆ ਗਈਆਂ ਦੋ। ਹੁਣ ਸ਼ੈਂਕੀ ਵੀ ਆ ਗਿਆ, ਇੱਕ ਤਾਂ ਵੀ ਪੰਗਾ ਵਾ, ਅੰਦਰ ਵਾੜ ਲਾ ਇਹਨੂੰ, ਇਹ ਗੱਡੀ ਥੱਲੇ ਨਾ ਆ ਜੇ, ਬਾਹਰ ਡਾ ਦੇ। ਲਓ ਵੀ ਦੋਸਤੋ ਹੁਣ ਇੱਧਰਲਾ ਗੇਟ ਖੋਲਿਆ ਨੀ, ਇੱਧਰ ਦੀ ਵੱਜਣ ਆ ਕੇ ਪੈਰਾਂ ਚ, ਕੀ ਕਰੂਗਾ। ਪਿਛਲੇ ਸਾਲ ਆਪਾਂ ਗੇਟ ਨਵੇਂ ਲਵਾਏ ਸੀ ਤੇ ਨਵਾਂ ਪੇਂਟ ਕੀਤਾ ਸੀ ਤੇ ਪੇਂਟ ਉਤਰਨਾ ਵੀ ਸ਼ੁਰੂ ਹੋ ਗਿਆ, ਕੁਛ ਨੀ ਕਰ ਸਕਦੇ ਹੁਣ, ਜਿੰਨਾ ਮਰਜ਼ੀ ਆਪਾਂ ਕਰੀ ਚਲੀਏ ਕੁਛ ਨਾ ਕੁਛ ਹੋਇਆ ਰਹਿੰਦਾ। ਇਸੇ ਕਰਕੇ ਕਹੀਦਾ ਵੀ ਘਰ ਪਾਓ, ਉੱਡਾ ਕੀ ਪਾਓ, ਜਿੱਡਾ ਕੁ ਆਪਣਾ ਸੈੱਟ ਰਹੇ। ਬਾਹਲਾ ਜ਼ਿਆਦਾ ਇਹਨੂੰ ਮੇਨਟੇਨ ਰੱਖਣੀ, ਚੀਜ਼ ਨੂੰ ਬਣਾਉਣੀ ਸੌਖੀ ਆ ਪਰ ਇਹਨੂੰ ਮੇਨਟੇਨ ਰੱਖਣਾ ਬਹੁਤ ਔਖਾ ਹੈ ਨਾ। ਦੇਖੋ ਰਾ ਆਪਣਾ ਘਰ ਘੈਂਟ ਲੱਗਦਾ ਨਾ, ਦੱਸਿਓ ਕਮੈਂਟ ਕਰਕੇ। ਹਾਂ ਵੇਖੀ ਜਾਊ ਫਿਰ, ਹੌਲੀ ਹੌਲੀ ਮੈਂ ਲੈ ਜਾਂਦਾ ਅੰਦਰ, ਇਹਨੂੰ ਐਂ ਹੁੰਦਾ ਵੀ ਛੇਤੀ ਚਾਹ ਚੜ੍ਹ ਜਾਣਾ ਜਦੋਂ ਘਰੇ ਆਈਦਾ, ਇਹਨੂੰ ਐਂ ਹੁਣ ਮੇਰਾ ਵੀ ਛੇਤੀ ਮੈਂ ਉਤਰ ਕੇ ਚੁੰਬੜਾ ਮੈਂ ਅਨੁਸਾਰ। ਹੌਲੀ 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 ਜਗ੍ਹਾ ਘੱਟ ਗਈ ਆ ਆਪਣੀ, ਜਗ੍ਹਾ ਇਉਂ ਘੱਟ ਗਈ ਆ ਕਿ ਜਿੰਨਾ ਆਪਣਾ ਬਰਾਂਡਾ ਸੀਗਾ ਸਾਰੇ ਵਿੱਚ ਸਰੋਂ ਲੱਗ ਚੁੱਕੀ ਆ, ਤੇ ਟਰੈਕਟਰ ਵੀ ਇੱਧਰ ਸ਼ਿਫਟ ਕੀਤਾ। ਹਾਂ 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 ਓਏ ਹੋਏ 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 ਓਏ ਹੋਏ ਹੋਏ ਬਸ 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 ਉੱਧਰ ਉੱਡ ਗਈ ਮੰਮਾ, ਉੱਧਰ ਚਲੀ ਗਈ, ਓਏ ਉੱਧਰ ਉੱਡ ਗਈ ਉਹ, ਕੋਈ ਨੀ ਹੈਗਾ ਹੋਰ ਮੈਂ ਹੀ ਸੀਗਾ, ਤੇਰੇ ਸਾਹਮਣੇ ਤਾਂ ਗਈ ਆ ਉਹ। ਮਨਪ੍ਰੀਤ ਮਨਪ੍ਰੀਤ ਆ ਤੈਨੂੰ ਲੱਭੀ ਜਾਂਦਾ ਵਾ, ਤੈਨੂੰ ਲੱਭੀ ਜਾਂਦਾ ਇਹ, ਉਹ ਗੱਡੀ 'ਚ ਮੈਂ ਹੀ ਸੀ ਇਕੱਲਾ, ਮੈਂ ਹੀ ਸੀ ਇਕੱਲਾ ਪੁੱਤ। ਲੈ ਮਨਪ੍ਰੀਤ ਨੂੰ ਸ਼ੈਂਕੀ ਲੱਭੀ ਜਾਂਦਾ ਵਾ, ਉਹ ਤੇ ਗੱਡੀ ਕੋਲੋਂ ਨੀ ਜਾਂਦਾ, ਹਾਂ ਜਾੜਦਾ ਵੀ ਉਹ ਨੀ ਉਤਰੀ, ਪਤਾ ਹੀ ਰਿਹਾ ਕੋਲ ਦੀ ਤੇਰੇ ਗਈ ਆ ਇਹ, ਕੋਲ ਦੇ ਤੇਰੇ ਵਾਰ ਖੋਲਿਆ। ਹਾਂ 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 ਬਸ 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 ਹਾਂ, ਹੋਰ ਆਉਂਦਾ ਨੀ ਸੀ ਉੱਤੋਂ, ਹੈ ਆ ਗਿਆ। ਹਾਂ ਅੱਛਾ ਬਸ ਉਡੀਕੀ ਜਾਂਦੇ ਮੇਰੇ ਪੁੱਤ,
ਕਿੱਦਾਂ ਬੇਬੇ? ਹਾਂ ਸਾਰੀ ਦਿਨ ਨਿਕਲ ਗਈ ਵੇਲਾ, ਹੁਣ ਬੜੇ ਆ ਘਰੇ। ਆ ਹਾ 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 ਵਿਹਲੇ? ਮੈਂ ਕਹਿੰਦਾ ਤੁਹਾਨੂੰ ਜੂਸ ਪਿਆਵਾਂਗੇ, ਹਰੇਕ ਚੀਜ਼ ਖਵਾਵਾਂਗੇ, ਇੱਕ ਦਿਨ ਸਾਡੇ ਨਾਲ ਜਾ ਕੇ ਦੇਖੋ ਤੁਸੀਂ। ਆਹੀ ਆ ਨਾ, ਡੁੱਬੀ ਤਾਂ ਤਾਂ ਚ ਸਾਹ ਨਹੀਂ ਆਇਆ ਬੇਬੇ, ਉਹੀ ਤਾਂ ਗੱਲ ਆ ਨਾ, ਡੁੱਬੀ ਤਾਂ ਚ ਸਾਹ ਨਹੀਂ ਆਇਆ ਕਹਿੰਦੇ। ਲੈ ਬਈ ਵੈਸਕੀ ਦਾ ਪੈਗ ਬਾਣ ਪੀ ਤਾਂ ਲੱਗੀ ਲਾਉਣਾ ਉਹਦਾ। ਹਾਂ ਲਾਓ ਜੀ, ਪਾਲਿਆ ਪੈਗ। ਇਹ ਫਿਟਨੈਸ ਫਿਟਨੈਸ ਦਾ ਧਿਆਨ ਬਾਹਰ ਰੱਖਦੀ ਆ। ਇਧਰ ਬੇਬੇ ਦੁੱਧ ਨੂੰ ਲੱਗੀ ਪਈ ਗੇੜਾ ਦੇਣ। ਤੇ ਅੱਜ ਕਿੱਥੇ ਆ ਤੇਰੇ ਸਿਰ ਦਾ ਸਾਈਂ? ਉਹ ਨੀ ਦੱਸਿਆ, ਬੈਂਚ ਤੇ ਬੈਠਾ ਸੀ ਆਇਆ ਜਦੋਂ। ਹੁਣ ਟੂਰਨਾਮੈਂਟ ਤਾਂ ਮੈਂ ਵੀ ਆਉਣਾ ਸੀਗਾ। ਸਭ ਤੋਂ ਪਹਿਲਾਂ ਜੀ ਪਾਣੀ ਪੀਣ ਦਾ ਰਾਜ, ਜਦੋਂ ਪਾਣੀ ਪੀਣਾ ਤੇ ਹਮੇਸ਼ਾ ਬਹਿ ਕੇ ਪਾਣੀ ਪੀਓ। ਮਨਪ੍ਰੀਤ ਜਦੋਂ ਵੀ ਪਾਣੀ ਪੈਂਦੀ ਹੈ ਪਹਿਲਾਂ ਨੇ ਬਹਿਣਾ। ਵੈਸੇ ਇਹਦੀ ਆਹ ਸੀਟ ਹੁੰਦੀ ਪਾਣੀ ਪੀਣ ਨੂੰ, ਸੀਟ ਬੁੱਕ ਸੀ ਉਹ 'ਤੇ ਬਹਿ ਗਈ ਉਹ ਹੈ। ਜੇ ਕੱਟਿਆ ਜਾ ਰਿਹਾ ਸਲਾਦ, ਰਾਤ ਦੀ ਰੋਟੀ ਦਾ ਹੋ ਗਿਆ ਟਾਈਮ। ਲੇਟ ਇੱਧਰ ਦੇਖੋ ਇਹਨਾਂ ਦੇ ਕੰਮ ਦੋਨਾਂ ਦੇ। ਰੀਸ ਲਾਉਣੀ ਉਹਦੀ ਜੀਭ ਕੱਢ ਕੇ ਹੈਂ। ਇੱਧਰ ਬਾਪੂ ਦਾ ਹੋ ਗਿਆ ਟਾਈਮ ਪੈਗ ਦਾ, ਠੀਕ ਆ। ਇਹ ਸ਼ੋਟ ਹੁਣ ਪਹਿਲੀ ਵਾਰੀ ਆ ਰਿਹਾ ਵੀਡੀਓ ਦੇ ਵਿੱਚ, ਪੈਗ ਦਾ ਟਾਈਮ 7 ਵੱਜ ਗਏ ਆ। ਬਾਪੂ ਨੇ ਰੱਖ ਲਈ ਆਪਦੀ ਗਲਾਸੀ ਬੋਤਲ, ਉੱਥੇ ਰੱਖ ਲਈ ਕਹਿੰਦਾ ਹੁਣ ਲਾ। ਇਹ ਮਾੜੀ ਚੀਜ਼ ਆ ਬਾਪੂ। ਅਤੇ ਇੱਧਰ ਰਸੋਈ ਵਿੱਚ ਬਣ ਰਹੀ ਆ ਆਪਣੀ ਅੱਜ ਭੁਰਜੀ, ਪਨੀਰ ਭੁਰਜੀ। ਤੇਜ਼ ਪੱਤਾ ਪਾਇਆ, ਮਿਰਚ ਨਾ ਪਾ ਜਾ ਦੀ, ਉਹਨੂੰ ਤਾਂ ਵਧੀਆ ਘੈਂਟ ਲੱਗਦੀ ਹੈ। ਮੇਰੀ ਫੇਵਰੇਟ ਘਰ ਦਾ ਪਨੀਰ ਪਾੜਿਆ ਅੱਜ, ਅਤੇ ਐਸ਼ ਵੀ ਬਹੁਤ ਚਾਹ ਕੇ ਖਾਂਦੀ ਹੈ ਪਨੀਰ ਭੁਰਜੀ। ਆਹ ਮਨਪ੍ਰੀਤ ਦਾ ਬੱਕਰਾ ਵੱਢਣ ਵਾਲਾ, ਕੀ ਕਹਿੰਦੇ ਹੁੰਦੇ ਆ, ਕਰਦ ਕਿੱਥੇ ਆ? ਆਓ ਆਓ, ਜਿਹੜੇ ਫਿਲਮਾਂ 'ਚ ਨਹੀਂ ਬੰਦੇ ਵੱਢਦੇ ਹੁੰਦੇ, ਦਿਖਾਈ ਆਵੇ, ਜਿਹਦੇ ਨਾਲ ਮਰਡਰ ਨਹੀਂ ਕਰਦੇ ਹੁੰਦੇ, ਉਹ ਚਾਕੂ ਰੱਖਿਆ ਹੋਇਆ ਇਹਦਾ। ਹੋਮ ਕੇਅਰ ਬ੍ਰਾਂਡ ਕਟਿੰਗ ਬੋਰਡ। ਚਲੋ ਜੀ ਕਰਤਾ ਪਾ ਵੱਢ। ਬੇਬੇ ਜਗਾੜੀ ਆ, ਬਾਪੂ ਵਾਸਤੇ ਵੀ ਕੱਟੀ ਜਾਂਦੀ ਆ ਵੇਖ। ਬਾਪੂ ਨੇ ਖਾ ਕੇ ਨਾ ਜਦੋਂ ਚੜਿਆ ਖੀਰਿਆਂ ਦਾ ਨਸ਼ਾ ਤੇ ਟਮਾਟਿਆਂ ਦਾ, ਨਾ ਫੇਰ ਵੇਖੀ ਗਏ ਪੈ, ਜਦੋਂ ਦਾਰੂ ਦਾ ਨਸ਼ਾ ਵੀ ਚੜੂਗਾ ਖੀਰਿਆਂ ਦਾ ਵੀ ਚੜਨਾ। ਇਹ ਸਾਡੇ ਘਰੇ ਇਹ ਚੀਜ਼ ਆ ਵੀ ਦਿਨੇ ਦਿਨੇ ਤਾਂ ਸਾਡੀ ਬੇਬੇ ਬੋਲਦੀ ਆ, ਰਾਤ ਨੂੰ ਬਾਪੂ ਬੋਲਦਾ, ਰਾਤ ਨੂੰ ਬੇਬੇ ਛਾਏ ਹੋ ਜਾਂਦੀ ਜੋ ਉਹ ਵੀ ਪੀਤੀ ਹੈਗੀ, ਬਹਿ ਜਾਓ ਆਰਾਮ ਨਾਲ, ਸਵੇਰੇ ਕਰੂੰ ਗੱਲ। ਲਿਆ
ਲੂਣ ਰਹਿ ਗਿਆ ਲੈ ਲਓ ਇੱਕ ਚੁਣੌਤੀ ਹੋ ਗਿਆ ਹੁਣ ਆ ਗਿਆ ਬਾਬਾ ਗਜਾਲ ਖੜ ਜਾ ਇਹ ਡੋਲਣ ਲਈ ਇਹ ਚੱਲੀਏ ਦੁੱਧ ਪਾਉਣ ਬਸ ਬਸ ਤੂੰ ਤੂੰ ਜਾ ਮੈਂ ਫੜਦਾ ਮੈਂ ਇਹਨੂੰ ਫੜਦਾ ਬਾਬੇ ਦੇ ਨਾਲ ਖੜ ਜਾ ਸ਼ੈਂਕ ਤੂੰ ਅੰਦਰ ਰਹਿ ਖੜ ਜਾ ਖੜ ਜਾ ਬਣਦਾ ਗੇਟ ਹੈ ਬਾਬਾ ਦੇਖੇ ਹੁਣ ਹੁਣ ਬਾਬਾ ਉੱਠ ਗਿਆ ਨਾ ਦੇਖੀ ਬਾਬਾ ਲੰਘ ਗਿਆ ਖੜ ਜੀ ਹੁਣ ਬਾਬਾ ਘਰ ਹੈ ਨਹੀਂ ਨਾ ਅਤੇ ਦੇਖਿਓ ਹਜੇ ਵੀ ਮੈਨੂੰ ਜਾਣਾ ਮਗਰੀ ਉਹ ਹੋ ਗਿਆ ਇੱਧਰ ਆ ਚੱਲ ਕਰੇ ਹੜਦਾ ਨਹੀਂ ਫਿਰ ਤੂੰ ਚੱਲ ਕਰੇ ਆ ਜਾ ਆ ਚੱਲ ਕਰੇ ਲਿਆ ਇਸ ਫੜਕੇ ਨੂੰ ਇੱਧਰ ਆ ਜਾ ਇੱਧਰ ਆ ਹੇਠ ਆ ਜਾਏਗਾ ਛੈਂਕੀ ਛੈਂਕੀ ਚੱਲ ਕਰੇ ਫੜ ਕੇ ਲਿਆ ਇਸ ਨੂੰ ਆ ਜਾ ਫਿਰ ਚੀਜੀ ਖਾਈ ਗਏ ਆ ਜਾਣਾ ਆਪੇ ਹੁਣੇ ਹੁਣ ਹਾਂ ਅੱਕੇ ਤਾਂ ਨਹੀਂ ਲੱਗਦਾ ਹੁੰਦਾ ਤੂੰ ਆਏ ਨਾ ਕਰਿਆ ਪੁੱਤ ਘਰ ਦੀਆਂ ਥੋੜੀਆਂ ਜਿਹੀਆਂ ਰਾਤ ਨੂੰ ਥੋੜਾ ਜਿਹਾ ਚਲਾ ਦਿੱਤੀਆਂ ਨੇ ਚੱਕ ਹੋ ਜਾਣਾ ਹੁਣ ਚਾਨਣ ਚਾਨਣ ਘਰੇ ਅਤੇ ਆਹ ਵਾਲੀਆਂ ਰਹਿ ਗਈਆਂ ਲਾਈਟਾਂ ਚੁਕਾਉਣ ਵਾਲੀਆਂ ਇਹ ਵੀ ਆਪਾਂ ਕਰ ਦਈਏ ਆਉਣ ਬਾਥਰੂਮ ਵਾਲੀਆਂ ਤੂੰ ਕਿ ਫੈਂ ਫੈਂ ਕਰਦਾ ਜਾਂਦਾ ਲਓ ਜੀ ਹੁਣ ਸਾਰਾ ਘਰ ਜਗਮਗ ਜਗਮਗ ਕਰਨ ਲੱਗ ਗਿਆ ਆਪਣਾ ਹਜੇ ਉੱਪਰਲੀਆਂ ਲਾਈਟਾਂ ਥੋੜ੍ਹੀ ਜਿਹੀ ਕਾਲੋ ਹੋ ਜਾਂਦੀ ਆ ਤਾਂ ਚੜਿਆ ਨਹੀਂ ਜਾਂਦਾ ਅਤੇ ਉਤਲੀਆਂ ਲਾਈਟਾਂ ਥੱਲੋਂ ਸਪਲਾਈ ਕਰਨੀ ਆ ਛੱਤਰੀ ਵਾਲੀਆਂ ਵੀ ਅਤੇ ਉਹ ਵਾਲੀਆਂ ਲਾਈਟਾਂ ਦੀ ਵੀ ਫਿਰ ਬੜੀ ਘੈਂਟ ਹੋ ਜਾਂ ਕਿ ਵਾਈਟ ਕਲਰ ਦੇ ਵਿੱਚ ਜਿਹੜੀਆਂ ਵਾਈਟ ਲਾਈਟਾਂ ਨੇ ਜੋ ਜਾਗਦੀਆਂ ਤਾਂ ਬਹੁਤ ਘੈਂਟ ਲੱਗਦੀਆਂ ਠੀਕ ਆ ਉਹਦੀ ਸੁੱਚ ਹੁਣ ਥੱਲੇ ਇੱਕ ਸਾਰੀ ਦੀ ਫਿਟਿੰਗ ਹੋਈ ਵੀ ਆ ਸੁੱਚ ਥੱਲੇ ਕਰਵਾ ਦੇਣੀ ਆ ਕਿ ਇੱਕ ਸੁੱਚ 'ਤੇ ਸਾਰੀਆਂ ਜਗਿਆ ਕਾਰਨ ਫਿਰ ਸੌਖਾ ਹੋ ਜਾਂਦਾ ਰਹਿੰਦੇ ਡਿੱਗ ਪਏਗੀ ਆ ਜਾ ਮੈਂ ਨਹੀਂ ਚੜ੍ਹਾਉਣਾ ਆਪੇ ਚੜ੍ਹ ਚੜ੍ਹ ਜਾ ਆਪੇ ਅਈਸ਼ਾ ਖਿੱਚ ਜਵਾਨਾ ਦਿਖਾ ਦੇ ਚੜ੍ਹ ਕੇ ਅੱਜ ਫਿਰ ਚੜ੍ਹ ਕੇ ਦਿਖਾ ਦੇ ਕਿਨਾ ਅੱਜ ਚੜ੍ਹ ਗਿਆ ਏ ਚੜ੍ਹ ਗਿਆ ਚੜ੍ਹ ਗਿਆ ਚਲੋ ਬਈ ਆ ਜਾ ਫਿਰ ਆਪਾਂ ਖਾਣਾ ਖਾਈਏ ਚਲੋ ਠੀਕ ਆ ਦੋਸਤੋ ਅਤੇ ਹਾਜ਼ਰ ਵਲੋਗ ਦੀ ਹਾਜ਼ਰੀ ਕੁਰੇ ਪ੍ਰਵਾਨ ਤੱਕ ਗਏ ਹਾਂ ਆਰਾਮ ਕਰੀਏ ਕੱਲ੍ਹ ਨੂੰ ਹੈਗੀ ਵਿਸਾਖੀ ਅਤੇ ਵਿਸਾਖੀ ਵਾਲਾ ਵਲੋਗ ਤੁਹਾਡੇ ਲਈ ਲੈ ਕੇ ਆਵਾਂਗੇ ਸਾਰੀ ਫੈਮਿਲੀ ਦੇ ਨਾਲ ਠੀਕ ਹੈ ਸਾਰੇ ਜਣੇ ਕਰਿਓ ਕੰਟੀਨਿਊ ਜਿਹੜੇ ਫਸਟ ਟਾਈਮ ਦੇਖ ਰਹੇ ਆ ਸਬਸਕ੍ਰਾਈਬ ਕਰ ਦਿਓ ਅਤੇ ਮਿਲਦੇ ਹਾਂ ਫਿਰ ਕੱਲ੍ਹ ਅਗਲੇ ਵਲੋਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਹਾਂ